ਮੁੱਖ ਮੰਤਰੀ ਭਗਵੰਤ ਮਾਨ ਦੀ ਜੱਦੀ ਸੀਟ ਸੰਗਰੂਰ ਉਹਨਾਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਮੈਦਾਨ ਵਿੱਚ ਹਨ। ਉੱਥੇ ਕਾਂਗਰਸ ਨੇ ਆਪਣੇ ਦਿੱਗਜ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ। ਖਹਿਰਾ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨ ਨੂੰ ਦਿੱਤੇ ਨਾਮਜ਼ਦਗੀ ਵੇਰਵਿਆਂ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਨੇ 50 ਕਰੋੜ ਦੀ ਜਾਇਦਾਦ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਇੱਕ ਵਿਸ਼ਾਲ ਰੈਲੀ ਕਰਕੇ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ, ਜਿਸ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਜ਼ਿਲ੍ਹਾ ਕਾਂਗਰਸ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦਾ ਪ੍ਰਧਾਨ ਇਸ ਤੋਂ ਚੁਣਾਵ ਲੜ ਸਕਦਾ ਹੈ ਤਾਂ ਖੇਰਾ ਪੰਜਾਬ ਦਾ ਹੈ ਤੇ ਪੰਜਾਬ ਚੋਂ ਪੰਜਾਬ ਦੇ ਲੋਕਾਂ ਦੀ ਖਾਤਰ ਸੰਗਰੂਰ ਤੋਂ ਚੁਣ ਲੜ ਸਕਦਾ ਹੈ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹਨਾਂ ਦੇ ਖੇਰਾ ਸਾਹਿਬ, ਮੈਂ ਸਮਝਦਾ ਕਿ ਇਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਵਾਰ ਆਮ ਆਦਮੀ ਪਾਰਟੀ ਲਈ ਸੰਗਰੂਰ ਬੇਹੱਦ ਅਹਿਮ ਹੈ। ਜਿੱਥੇ ਖਹਿਰਾ ਨੂੰ ਹਰਾਉਣਾ ਚੁਣੌਤੀ ਹੈ, ਉੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੌਜੂਦਾ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਸਰਗਰਮ ਚੋਣ ਪ੍ਰਚਾਰ ਆਪ ਦੀ ਚਿੰਤਾ ਵਧਾ ਰਿਹਾ ਹੈ। ਮਾਲਵੇ ਦੀ ਇੱਕ ਹੋਰ ਅਹਿਮ ਸੀਟ ਅਤੇ ਬਾਦਲਾਂ ਦਾ ਗੜ੍ਹ ਕਹੇ ਜਾਂਦੇ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਜਿੱਤ ਲਈ ਪੂਰਾ ਵਾਹ ਲਗਾ ਰਹੇ ਹਨ, ਜਿੱਥੇ ਉਹਨਾਂ ਦਾ ਮੁੱਖ ਮੁਕਾਬਲਾ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨਾਲ ਹੈ। ਬਠਿੰਡੇ ਤੋਂ ਕਾਂਗਰਸ ਨੇ ਜੀਤਮਿੰਦਰ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਲੱਖਾ ਸਿੰਘ ਸਿਧਾਣਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸਮਤ ਅਜਮਾ ਰਹੇ ਹਨ। ਕੱਲ੍ਹ ਬਠਿੰਡੇ ਵਿੱਚ ਇੱਕ ਸਿਆਸੀ ਰੈਲੀ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। 40 ਸਾਲ ਪਹਿਲੇ 1 ਜੂਨ ਨੂੰ ਕਾਂਗਰਸ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਆਹ 1 ਜੂਨ ਜਦੋਂ ਵੋਟਾਂ ਪੈਣੀਆਂ ਤੇ ਆਹ ਜਿਹੜੇ ਅੱਜ ਝਾੜੂ ਵਾਲੇ ਆਪਾਂ ਨੂੰ ਕਹਿੰਦੇ ਸੀ ਝੂਠੇ, ਸਾਰਾ ਪ੍ਰਚਾਰ ਏਜੰਸੀਆਂ ਨੇ ਕੀਤਾ। ਆ ਦਾਦੂਵਾਲ ਵਰਗੇ, ਮੰਡ ਵਰਗੇ ਆਪਣੇ ਆਪ ਨੂੰ ਚੋਲੇ ਪਾ ਲੈਂਦੇ, ਐ ਸੋਚਦੇ ਆ ਕਿ ਲੋਕੀ ਸਮਝਣਗੇ। ਸਭ ਤੋਂ ਵੱਡੇ ਕੌਮ ਦੇ ਗੱਦਾਰ ਕਿੱਥੇ ਬੈਠੇ ਆ? ਬੀਜੇਪੀ ਚ ਹੈ, ਬੀਜੇਪੀ ਜਿਹਨੇ ਅੱਜ ਅਸੀਂ ਤਾਂ ਲੱਤ ਮਾਰੀ, ਸਰਕਾਰ ਨੂੰ ਵੀ ਲੱਤ ਮਾਰੀ ਤੇ ਪਾਰਟੀ ਨੂੰ ਵੀ ਲੱਤ ਮਾਰੀ ਜਦੋਂ ਕਿਸਾਨੀ ਦੇ ਖਿਲਾਫ ਗਏ। ਬਠਿੰਡੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਸਾਬਕਾ IAS ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਖੁਦ ਮਲੂਕਾ ਅਕਾਲੀ ਦਲ ਲਈ ਪ੍ਰਚਾਰ ਕਰ ਰਹੇ ਹਨ, ਜਦਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਆਪਣੀ ਪਤਨੀ ਸਮੇਤ ਭਾਜਪਾ ਵੱਲੋਂ ਸਿਆਸੀ ਵਾਹ ਲਗਾ ਰਹੇ ਹਨ।